ਇੱਕ ਬੇਹੱਦ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤਿਹਾਰ ਜਿਲ੍ਹੇ ਦੇ ਵਿੱਚ ਵੱਟਾ ਗੈਂਗਪਾਰ ਗੈਂਗਸਟਰ ਢਿੱਲੂ ਤਾਟਪੁਰੀਆ ਦਾ ਸ਼ਰੀਅਾਮਕੀ ਕਤਲ ਹੋ ਚੁਹਾਤਾ ਹੈ ਵੇਖਾ ਤੋ ਸੁਰਖਿਆਤ ਮਨੀ ਚਾਂਦ ਦੀ ਦਿੱਲੀ ਦੀ ਤਿਹਾਰ ਟੀਲਤ ਵਿੱਚ ਗੈਂਗਸਟਰ ਟਿੱਲੂ ਤਾਜਪੂਰੀਆ ਦਾ ਕਤਲ ਕਰ ਦਿੱਤਾ ਗਿਆ ਤਿਹਾਰ ਜੇਲ ਪ੍ਰਸ਼ਾਸਨ ਦਾ ਦਾਵਾ ਹੈ ਕਿ ਟਿੱਲੂ ਤਾਜਪੂਰੀਆ ਹਾਈ ਸਿਕਿਉਰਿਟੀ ਵਾਰਡ ਦੇ ਵਿੱਚ ਬੰਦ ਸੀ ਅਤੇ ਅੱਜ ਸਵੇਰੇ ਉਸ ਉੱਤੇ ਗੋਗੀ ਗੈਂਗ ਦੇ ਚਾਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਇਸ ਮਗਰੋਂ ਸਵਾਲ ਖੜੇ ਹੋ ਰਿਹਾ ਹੈ ਕਿ ਜੇਕਰ ਟਿੱਲੂ ਤਾਜਪੂਰੀਆ ਹਾਈ ਸਿਕਿਉਰਿਟੀ ਵਾਰਡ ਦੇ ਵਿੱਚ ਸੀ ਤਾਂ ਇਹ ਹਮਲਾ ਕਿਵੇਂ ਹੋਇਆ ਤੇ ਆਖਿਰਕਾਰ ਹਾਈ ਸਿਕਿਉਰਿਟੀ ਵਾਰਡ ਤੇ ਵਿੱਚ ਕਿਸ ਤਰ੍ਹਾਂ ਦੀ ਸੁਰੱਖਿਆ ਸੀ ਜੋ ਹਮਲਾ ਹੋ ਗਿਆ ਮਿਲੀ ਜਾਣਕਾਰੀ ਦੇ ਮੁਤਾਬਿਕ ਤੁਹਾਨੂੰ ਦੱਸ ਦਿਆਂ ਕਿ ਟਿੱਲੂ ਤਾਜਪੁਰਿਆ ਨੂੰ ਪੂਰੇ ਫਿਲਮੀ ਅੰਦਾਜ਼ ਦੇ ਵਿੱਚ ਮੌਤ ਤੇ ਕੱਟ ਉਤਾਰਿਆ ਗਿਆ ਜੇਲ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਗੋਗੀ ਗੈਂਗ ਦੇ ਚਾਰ ਗੁੰਡੇ ਹਾਈ ਸਿਕਿਉਰਿਟੀ ਵਾਰਡ ਦੇ ਵਿੱਚ ਪાંਚਨ ਇਹ ਵਾਰਡ ਟਿੱਲੂ ਤਾਜਪੁਰਿਆ ਦੇ ਹਾਈ ਸਿਕਿਉਰਿਟੀ ਵਾਰਡ ਦੇ ਉੱਪਰਲੀ ਮੰਜ਼ਲ ਤੇ ਸੀ ਜੇਲ ਪ੍ਰਸ਼ਾਸਨ ਮੁਤਾਬਕ ਚਾਰ ਬਦਮਾਸ਼ਾਂ ਨੇ ਪਹਿਲਾਂ ਲੋਹੇ ਦੀ ਗ੍ਰੇਲ ਨੂੰ ਕਟਿਆ ਤੇ ਫਿਰ ਖਸਾ ਕੇ ਸੂਏ ਵਾਂਗ ਤਿੱਖਾ ਕਰ ਲਿਆ ਇਸ ਤੋਂ ਬਾਅਦ ਚਾਰਾਂ ਨੇ ਬੈੱਡ ਸ਼ੀਟ ਦੀ ਮਦਦ ਦੇ ਨਾਲ ਪਹਿਲੀ ਮੰਜ਼ਲ ਤੋਂ ਹੇਠਾਂ ਛਾਲ ਮਾਰੀ ਅਤੇ ਟਿੱਲੂ ਤਾਜਪੁਰੀਆ ਦੇ ਉੱਤੇ ਹਮਲਾ ਕਰ ਦਿੱਤਾ ਇਹ ਗੱਲ ਜੇਲ੍ਹ ਪ੍ਰਸ਼ਾਸਨ ਨੇ ਖੁਦ ਦੱਸੀ ਹੈ ਹੁਣ ਇਸ ਪੂਰੇ ਕਤਲਕਾਂਡ ਦੇ ਉੱਤੇ ਸਵਾਲ ਉੱਠਦੇ ਨਜ਼ਰ ਆ ਰਿਹਾ ਹੈ ਕਿ ਆਖਰ ਇਹ ਕਿਸ ਤਰ੍ਹਾਂ ਦੀ ਉੱਚ ਸੁਰੱਖਿਆ ਵਿਵਸਥਾ ਹੈ ਕਿ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਤੁਹਾਨੂੰ ਯਾਦ ਕਰਵਾ ਦਈਏ ਕਿ ਪਿਛਲੇ 1 ਮਹੀਨੇ ਅੰਦਰ ਤਿਹਾਰ ਜੇਲ੍ਹ ਦੇ ਵਿੱਚ ਕਤਲ ਦੀਏ ਦੂਜੀ ਘਟਨਾ ਇਸ ਤੋਂ ਪਹਿਲਾਂ 14 April ਦੀ ਸ਼ਾਮ ਨੂੰ ਪ੍ਰਿੰਸ ਤੇਵਤੀਆ ਨਾਂ ਦੇ ਬਦਮਾਸ਼ਤਾ ਵੀ ਕਤਲ ਜਿਹੜਾ ਹੈ ਜੇਲ੍ਹ ਦੇ ਅੰਦਰ ਕੀ ਕਰ ਦਿੱਤਾ ਗਿਆ ਸੀ ਪ੍ਰਿੰਸ ਬਦਨਾਮ ਲਾਰੈਂਸ ਗੈਂਗ ਦਾ ਮੈਂਬਰ ਸੀ ਅਤੇ ਟਿੱਲੂ ਗੈਂਗ ਦੇ ਮੈਂਬਰਾਂ ਨੇ ਉਸ ਦੇ ਉੱਤੇ ਹਮਲਾ ਕੀਤਾ ਸੀ ਖੈਰ ਇਸ ਪੂਰੇ ਕਤਲकांड ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਦਿੱਲੀ ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਖੜੇ ਹੋ ਰਹੇ ਨੇ ਕਿਉਂਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਸੀ ਕਿ ਜੇਲ੍ਹ ਅੰਦਰ ਪੂਰੀ ਹਾਈ ਸਿਕਿਉਰਿਟੀ ਹੈ ਟਿੱਲੂ ਤਾਜਪੁਰੀਆ ਹਾਈ ਸਿਕਿਉਰਿਟੀ ਵਾਰਡ ਦੇ ਵਿੱਚ ਬੰਦ ਹੈ ਤੇ ਜੇਕਰ ਟਿੱਲੂ ਤਾਜਪੁਰੀਆ ਹਾਈ ਸਿਕਿਉਰਿਟੀ ਦੇ ਵਿੱਚ ਸੀ ਤਾਂ ਗੋਗੀ ਗੈਂਗ ਦੇ ਚਾਰ ਗੁੰਡੇ ਹਾਈ ਸਿਕਿਉਰਿਟੀ ਵਾਰਡ ਦੇ ਵਿੱਚ ਕਿਵੇਂ ਆ ਗਏ ਕਿਵੇਂ ਇਸ ਵੱਡੀ ਵਾਰਦਾਤ ਦਾ ਅੰਜਾਮ ਦੇਤਾ ਜਿਸ ਵੇਲੇ ਲੋਹੇ ਦੀ ਪੈਪ ਨੂੰ ਰਗੜਿਆ ਜਾ ਰਿਹਾ ਸੀ ਲੋਹੇ ਦੀ ਪੈਪ ਨੂੰ ਕੱਟਿਆ ਜਾ ਰਿਹਾ ਸੀ ਉਸ ਵੇਲੇ ਜੇਲ੍ਹ ਪ੍ਰਸ਼ਾਸਨ ਕਿੱਥੇ ਸੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਲਗਾਤਾਰ ਕੀ ਖੜੇ ਹੋ ਰਹੇ ਨੇ ਪਰ ਇੱਕ ਵਾਰ ਫਿਰ ਤੋਂ ਇਸ ਵੱਡੇ ਕਤਲ ਤੋਂ ਬਾਅਦ ਸਖਮ ਦਾ ਮਾਹੌਲ ਜਿਹੜਾ ਪਾਇਆ ਜਾ ਰਿਹਾ ਹੈ ਕਿ ਜੇਕਰ ਜੇਲ੍ਹ ਦੇ ਅੰਦਰ ਹੀ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਦੇ ਹੇਠ ਇੰਨੀਆਂ ਵੱਡੀਆਂ-ਵੱਡੀਆਂ ਕਤਲ ਦੀਆਂ ਵਾਰਦਾਤਾਂ ਵਾਪਰ ਸਕਦੀਆਂ ਤਾਂ ਮੁਹੱਲੇ ਦੇ ਵਿੱਚ ਆਸ-ਪਾਸ ਦੇ ਇਲਾਕੇ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਦਾਖਲ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੋएगी ਖੈਰ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ